पंजाब से कम करके क्यों जाने की? मैं पंजाब की रहने वाली हूँ तो मेरे रूट्स पंजाब ने एंड मैं पंजाब की मिट्टी नाल बहुत प्यार है। पंजाब की कुड़ियाँ बॉम्बे जा रही हैं, तुसी उत्थे इत्थे पंजाब च आई सी मन विच कि मैं पंजाबी इंडस्ट्री च डेब्यू करन जा रही हूं। मैं इवन बॉम्बे रह के भी जिन्नी भी पंजाबी फिल्मां लगदियां सी उत्थे बॉम्बे मैं पहले दिन मैं अपनी मॉम नु या लेके जाती सी कि चलो आपा फिल्म देख के आइए। तुहाडी पहली डेब्यू फिल्म है, पंजाब च काम करके किहो जिहा लग्या? बहुत वधिया लग रहा, मैं पंजाब दी रहण वाली हां ते मेरे रूट्स पंजाब ने एंड मैनू पंजाब दी मिट्टी नाल बहुत प्यार आ, इतों के लोगों बहुत प्यार आते बहुत वधिया लग रहा है। मैं देखा तुम बहुत सोहनी पंजाबी बोल लें हो, बॉम्बे फिरोजपुर की है। मैं फिरोजपुर की रहने वाली जिम्मे तुम बॉम्बे मूव कर गए उत्थे रहने हो, अजकल का टाइम है पंजाब की कुड़ियाँ बॉम्बे जा रही हैं, तुम उतो इतने पंजाब च आए हो, एक बहुत सोहनी फिल्म लिखी है, तो की सोच के पंजाब पंजाबी इंडस्ट्री की एक्सपीरियंस की सी मन में कि मैं पंजाबी इंडस्ट्री से डेब्यू कर जा रही अपना? मैनू लगता तुसी किथे भी चले जाओ भावें दुनिया च किथे भी रहो पर तुसी अपने रूट्स कदे नहीं छड़ने चाहिए ते मैं बड़ी स्ट्रोंगली इस गल च बिलीव करदी हां। मैं इवन बॉम्बे रह के भी जिन्नी भी पंजाबी फिल्मां लगदियां सी उत्थे बॉम्बे मैं पहले दिन मैं अपनी मॉम नू या लैके जांदी सी कि चलो आपां फिल्म वेख के आईए, मैनू बड़ा मजा आंदा सी पंजाबी क्योंकि एक डिफरेंट तरीके का सिनेमा आ, तुसी जदों अंदर अंदरों बाहर आंदे हो फिल्म वेखण तों बाद ਤੁਸੀਂ ਇੱਕਦਮ ਰਿਲੈਕਸ ਅਤੇ ਖੁਸ਼ ਹੋ ਜਾਂਦੇ ਹੋ ਐਂਡ ਐਕਚੁਅਲੀ ਤੁਹਾਨੂੰ ਕੰਮ ਕਰ ਦਿੰਦਾ। ਫਿਰ ਮੈਨੂੰ ਮੌਕਾ ਮਿਲਿਆ ਰੱਬ ਦੀ ਮਿਹਰ 'ਚ ਐਜ਼ ਮਿਹਰ ਔਨ ਦਾ ਐਂਡ ਆਈ ਫੀਲ ਗ੍ਰੇਟਫੁਲ ਹੈ। ਮੂਵੀ 'ਚ ਨੇਮ ਕਿੰਨੇ ਰੱਖੇ ਸੀਗੇ, ਤੁਹਾਡਾ ਨੇਮ ਮੇਰ, ਉਹਨਾਂ ਦਾ ਰੱਬ, ਇਹ ਨੇਮ ਕਿੰਨੇ ਚੂਜ਼ ਕੀਤੇ ਸੀ? ਮਿਹਰ ਮੇਰਾ ਨਾਮ, ਮਤਲਬ ਮੈਂ ਸੋਚਿਆ ਸੀਗਾ ਕਿਉਂਕਿ ਮੈਂ ਮੇਰੇ ਮੂੰਹ 'ਤੇ ਹੀ ਰਹਿੰਦਾ ਆ ਰੱਬ ਦੀ ਮਿਹਰ ਹੋਵੇ ਗੋਡ ਬਲੈਸ ਯੂ, ਤਾਂ ਮਿਹਰ ਮੇਰੇ ਦਿਮਾਗ 'ਚ ਆਇਆ ਸੀ ਐਂਡ ਰੱਬ ਦੀ ਮੇਰੇ ਮੰਮਾ ਨੇ ਰੱਖਿਆ ਸੀਗਾ। ਮੰਮਾ ਕਹਿ ਕੇ ਪੁਆਇੰਟ ਮੇਰੇ ਵੱਲ ਕੀਤਾ ਇਹਨੇ, ਮੰਮਾ ਨੇ। ਤੁਸੀਂ ਕੈਰੈਕਟਰ ਨਹੀਂ ਪਲੇ ਕਰਦੇ? ਪੰਜਾਬ 'ਚ ਕੰਮ ਕਰਕੇ ਕਿਹੋ ਜਿਹਾ ਲੱਗਿਆ? ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅਤੇ ਮੇਰੇ ਰੂਟਸ ਪੰਜਾਬ ਨੇ ਐਂਡ ਮੈਨੂੰ ਪੰਜਾਬ ਦੀ ਮਿੱਟੀ ਨਾਲ ਬਹੁਤ ਪਿਆਰ ਹੈ। ਪੰਜਾਬ ਦੀ ਕੁੜੀਆਂ ਬੰਬੇ ਜਾ ਰਹੀਆਂ, ਤੁਸੀਂ ਉੱਥੋਂ ਇੱਥੇ ਪੰਜਾਬ 'ਚ ਆਏ ਸੀ ਮਨ ਵਿੱਚ ਕਿ ਮੈਂ ਪੰਜਾਬੀ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹਾਂ? ਮੈਂ ਈਵਨ ਬੰਬੇ ਰਹਿ ਕੇ ਵੀ ਜਿੰਨੀ ਵੀ ਪੰਜਾਬੀ ਫਿਲਮਾਂ ਲੱਗਦੀਆਂ ਸੀ ਉੱਥੇ ਬੰਬੇ ਮੈਂ ਪਹਿਲੇ ਦਿਨ ਮੈਂ ਆਪਣੀ ਮੋਮ ਨੂੰ ਜਾਂ ਲੈ ਕੇ ਜਾਂਦੀ ਸੀ ਕਿ ਚਲੋ ਆਪਾਂ ਫਿਲਮ ਵੇਖ ਕੇ ਆਈਏ। ਤੁਹਾਡੀ ਪਹਿਲੀ ਡੈਬਿਊ ਫਿਲਮ ਹੈ, ਪੰਜਾਬ 'ਚ ਕੰਮ ਕਰਕੇ ਕਿਹੋ ਜਿਹਾ ਲੱਗਿਆ? ਬਹੁਤ ਵਧੀਆ ਲੱਗ ਰਿਹਾ, ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅਤੇ ਮੇਰੇ ਰੂਟਸ ਪੰਜਾਬ ਨੇ ਐਂਡ ਮੈਨੂੰ ਪੰਜਾਬ ਦੀ ਮਿੱਟੀ ਨਾਲ ਬਹੁਤ ਪਿਆਰ ਆ, ਇੱਥੋਂ ਦੇ ਲੋਕਾਂ ਨਾਲ ਬਹੁਤ ਪਿਆਰ ਆ ਅਤੇ ਬਹੁਤ ਵਧੀਆ ਲੱਗ ਰਿਹਾ। ਮੈਂ ਦੇਖਿਆ ਤੁਸੀਂ ਬਹੁਤ ਸੋਹਣੀ ਪੰਜਾਬੀ ਬੋਲ ਲੈਂਦੇ ਹੋ, ਤੁਸੀਂ ਬੰਬੇ ਤੋਂ? ਫਿਰੋਜ਼ਪੁਰ ਦੀ ਹੈ। ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਹਾਂ। ਜਿਵੇਂ ਹੁਣ ਤੁਸੀਂ ਬੰਬੇ ਮੂਵ ਕਰਕੇ ਉੱਥੇ ਰਹਿੰਦੇ ਹੋ, ਅੱਜ ਕੱਲ੍ਹ ਦਾ ਟਾਈਮ ਹੈ ਪੰਜਾਬ ਦੀ ਕੁੜੀਆਂ ਬੰਬੇ ਜਾ ਰਹੀਆਂ, ਤੁਸੀਂ ਉੱਥੋਂ ਇੱਥੇ ਪੰਜਾਬ 'ਚ ਆਏ ਹੋ, ਇੱਕ ਬਹੁਤ ਸੋਹਣੀ ਫਿਲਮ ਲਿਖੀ ਹੈ, ਤਾਂ ਕੀ ਸੋਚ ਕੇ ਪੰਜਾਬ ਪੰਜਾਬੀ ਇੰਡਸਟਰੀ 'ਚ ਕੀ ਐਕਸਪੀਰੀਅੰਸ ਕੀ ਸੀ ਮਨ ਵਿੱਚ ਕਿ ਮੈਂ ਪੰਜਾਬੀ ਇੰਡਸਟਰੀ 'ਚ ਡੈਬਿਊ ਕਰਨ ਜਾ ਰਹੀ ਹਾਂ ਆਪਣਾ? ਮੈਨੂੰ ਲੱਗਦਾ ਤੁਸੀਂ ਕਿੱਥੇ ਵੀ ਚਲੇ ਜਾਓ ਭਾਵੇਂ ਦੁਨੀਆ 'ਚ ਕਿੱਥੇ ਵੀ ਰਹੋ ਪਰ ਤੁਸੀਂ ਆਪਣੇ ਰੂਟਸ ਕਦੇ ਨਹੀਂ ਛੱਡਣੇ ਚਾਹੀਦੇ ਅਤੇ ਮੈਂ ਬੜੀ ਸਟਰੋਂਗਲੀ ਇਸ ਗੱਲ 'ਚ ਬਿਲੀਵ ਕਰਦੀ ਹਾਂ। ਮੈਂ ਈਵਨ ਬੰਬੇ ਰਹਿ ਕੇ ਵੀ ਜਿੰਨੀ ਵੀ ਪੰਜਾਬੀ ਫਿਲਮਾਂ ਲੱਗਦੀਆਂ ਸੀ ਉੱਥੇ ਬੰਬੇ ਮੈਂ ਪਹਿਲੇ ਦਿਨ ਮੈਂ ਆਪਣੀ ਮੋਮ ਨੂੰ ਜਾਂ ਲੈ ਕੇ ਜਾਂਦੀ ਸੀ ਕਿ ਚਲੋ ਆਪਾਂ ਫਿਲਮ ਵੇਖ ਕੇ ਆਈਏ, ਮੈਨੂੰ ਬੜਾ ਮਜ਼ਾ ਆਉਂਦਾ ਸੀ ਪੰਜਾਬੀ ਕਿਉਂਕਿ ਇੱਕ ਡਿਫਰੈਂਟ ਤਰੀਕੇ ਦਾ ਸਿਨੇਮਾ ਆ, ਤੁਸੀਂ ਜਦੋਂ ਅੰਦਰ ਅੰਦਰੋਂ ਬਾਹਰ ਆਉਂਦੇ ਹੋ ਫਿਲਮ ਵੇਖਣ ਤੋਂ ਬਾਅਦ ਤੁਸੀਂ ਇੱਕਦਮ ਰਿਲੈਕਸ ਅਤੇ ਖੁਸ਼ ਹੋ ਜਾਂਦੇ ਹੋ ਐਂਡ ਐਕਚੁਅਲੀ ਤੁਹਾਨੂੰ ਕੰਮ ਕਰ ਦਿੰਦਾ। ਫਿਰ ਮੈਨੂੰ ਮੌਕਾ ਮਿਲਿਆ ਰੱਬ ਦੀ ਮਿਹਰ 'ਚ ਐਜ਼ ਮਿਹਰ ਔਨ ਦਾ ਐਂਡ ਆਈ ਫੀਲ ਗ੍ਰੇਟਫੁਲ ਹੈ। ਮੂਵੀ 'ਚ ਨੇਮ ਕਿੰਨੇ ਰੱਖੇ ਸੀਗੇ, ਤੁਹਾਡਾ ਨੇਮ ਮੇਰ, ਉਹਨਾਂ ਦਾ ਰੱਬ, ਇਹ ਨੇਮ ਕਿੰਨੇ ਚੂਜ਼ ਕੀਤੇ ਸੀ? ਮਿਹਰ ਮੇਰਾ ਨਾਮ, ਮਤਲਬ ਮੈਂ ਸੋਚਿਆ ਸੀਗਾ ਕਿਉਂਕਿ ਮੈਂ ਮੇਰੇ ਮੂੰਹ 'ਤੇ ਹੀ ਰਹਿੰਦਾ ਆ ਰੱਬ ਦੀ ਮਿਹਰ ਹੋਵੇ ਗੋਡ ਬਲੈਸ ਯੂ, ਤਾਂ ਮਿਹਰ ਮੇਰੇ ਦਿਮਾਗ 'ਚ ਆਇਆ ਸੀ ਐਂਡ ਰੱਬ ਦੀ ਮੇਰੇ ਮੰਮਾ ਨੇ ਰੱਖਿਆ ਸੀਗਾ। ਮੰਮਾ ਕਹਿ ਕੇ ਪੁਆਇੰਟ ਮੇਰੇ ਵੱਲ ਕੀਤਾ ਇਹਨੇ, ਮੰਮਾ ਨੇ। ਤੁਸੀਂ ਕੈਰੈਕਟਰ ਨਹੀਂ ਪਲੇ ਕਰ